ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ, ਮੋਹਾਲੀ ਦੇ ਮੈਕਸ ਹਸਪਤਾਲ 'ਚ ਇਲਾਜ ਲਈ ਕਰਵਾਇਆ ਦਾਖਲ। ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਜੋ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸਨ, ਰਸਤੇ ਵਿੱਚ ਉਹਨਾਂ ਦੀ ਫਾਰਚੂਨ ਗੱਡੀ ਇੱਕ ਐਂਬੂਲੈਂਸ ਨਾਲ ਟਕਰਾ ਗਈ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਐਂਬੂਲੈਂਸ ਡਰਾਈਵਰ ਰਸਤੇ ਵਿੱਚ ਐਂਬੂਲੈਂਸ ਖੜ੍ਹੀ ਕਰਕੇ ਰਸਤਾ ਪੁੱਛ ਰਿਹਾ ਸੀ ਤਾਂ ਪਿੱਛੋਂ ਆਉਂਦੀ ਫਾਰਚੂਨਰ ਗੱਡੀ ਨਾਲ ਉਸਦੀ ਟੱਕਰ ਹੋ ਗਈ, ਜਿਸ ਵਿੱਚ ਸਾਬਕਾ MLA ਅੰਗਦ ਸੈਣੀ ਸਵਾਰ ਸਨ ਅਤੇ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਫਿਲਹਾਲ ਅੰਗਦ ਸੈਣੀ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਦਾਖਲ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਵੇਂ ਹਾਦਸੇ ਤੋਂ ਬਾਅਦ ਅੰਗਦ ਸੈਣੀ ਦੀ ਕਾਰ ਚਕਨਾ ਚੂਰ ਹੋਈ ਦਿਖਾਈ ਦੇ ਰਹੀ ਹੈ। ਸਵੇਰੇ 10:15 ਦੇ ਕਰੀਬ ਨਾ ਟਾਊਨਸ਼ਿਪ ਪਿੰਡ ਹੈਗਾ, ਕਾਟਗੜ ਥਾਣੇ ਦੇ ਅੰਦਰ ਪੈਂਦਾ ਹੈ, ਉੱਥੇ ਗਾਂ ਮਰੀ ਸੀ ਸੜਕ ਦੇ ਉੱਤੇ ਅਤੇ ਐਂਬੂਲੈਂਸ ਆ ਕੇ ਅਤੇ ਉਹਨੂੰ ਟਰੈਕਟਰ ਦੇ ਉੱਤੇ ਲੱਦ ਕੇ ਲੈ ਕੇ ਜਾਣ ਦੀ ਕਰ ਰਹੇ ਸੀਗੇ। ਇੰਨੇ ਵਿੱਚੋਂ ਇੱਕ ਫੋਰਚੂਨਰ ਕਾਰ ਹੈ ਜਿਹੜੀ ਕਿ ਆਪਣੇ XMLA ਸਾਹਿਬ ਦੀ ਹੈ, ਉਹ ਆ ਕੇ ਐਂਬੂਲੈਂਸ ਦੇ ਵਿੱਚ ਲੱਗੀ ਅਤੇ ਉਦੋਂ ਪਿੱਛੇ ਇੱਕ ਹੋਰ ਇਨੋਵਾ ਆ ਰਹੀ ਸੀ, ਉਹ ਜਿਹੜੀ ਹੈਗੀ ਆ ਉਹ ਫੋਰਚੂਨਰ ਦੇ ਵਿੱਚ ਲੱਗੀ ਹੈ। ਅਤੇ ਜੋ ਮੌਕੇ ਤੋਂ ਪਤਾ ਲੱਗਿਆ ਹਲੇ ਇਹਨਾਂ ਦੇ ਮਾਈਨਰ ਇੰਜਰੀਜ ਨੇ, ਆਪਣੇ XMLA ਸਾਹਿਬ ਉਹਨਾਂ ਦਾ ਡਰਾਈਵਰ ਅਤੇ ਗਨਮੈਨ ਦੇ, ਬਾਕੀ ਇਹਨਾਂ ਦੇ ਗੱਡੀਆਂ ਦੇ ਏਅਰਬੈਗ ਖੁੱਲ੍ਹ ਗਏ ਸੀ ਜਿਹਦੇ ਕਰਕੇ ਉਹਨਾਂ ਦਾ ਬਚਾਅ ਹੋ ਗਿਆ। ਹੁਣ ਮੌਕੇ ਤੋਂ ਜਿਹੜਾ ਹੈਗੇ ਨੇ ਵੀ ਇਹ ਆਪਣੇ ਇੰਚਾਰਜ ਜਿਹੜੇ ਹੈਗੇ ਨੇ ਉਹ ਤਫਤੀਸ਼ ਕਰ ਰਹੇ ਨੇ, ਅਤੇ ਹਲੇ ਕਿਸੇ ਹੋਸਪਿਟਲ ਵੱਲੋਂ ਹਲੇ ਮੈਸੇਜ ਨਹੀਂ ਆਇਆ ਵੀ ਕਿਹੜੇ 'ਚ ਹੋਸਪਿਟਲ 'ਚ ਗਏ ਨੇ। ਕਾਰਵਾਈ ਕੀ ਹੋ ਰਹੀ ਹੈ, ਕੁਛ ਹੋ ਰਹੀ ਕਾਰਵਾਈ ਮੌਕੇ ਤੋਂ ਸਾਰੀ ਜਾਂਚ ਤੋਂ ਬਾਅਦ ਇਹ ਦੱਸਾਂਗੇ। ਗਲਤੀ ਕਿਸੇ ਦੀ ਲੱਗ ਰਹੀ ਹੈ? ਨਹੀਂ, ਹਲੇ ਤਾਂ ਜਾਂਚ ਕਰ ਰਹੇ ਨੇ ਜੀ, ਹਲੇ ਬਿਆਨ ਵਗੈਰਾ ਲਵਾਂਗੇ ਮੌਕੇ 'ਤੇ ਗਵਾਹਾਂ ਦੇ, ਫਿਰ ਪਤਾ ਲੱਗੂਗਾ।